ਸਨਮਾਨਯੋਗ ਸਤਸੰਗੀ ਜਨੋ, ਆਪ ਸੰਗਤ ਨੂੰ ਬੇਨਤੀ ਹੈ, ਬਾਹਰ ਸ਼ਾਮ ਤੋਂ ਸਰਦਾਰ ਅਜਵਿੰਦਰ ਸਿੰਘ ਜੀ ਉਹਨਾਂ ਦੇ ਸਾਥੀਆਂ ਵੱਲੋਂ, ਸੰਤ ਬਾਬਾ ਪ੍ਰਤਪਾਲ ਸਿੰਘ ਜੀ ਅਤੇ ਡੇਰੇ ਦੇ ਸਮੂਹ ਸੇਵਾਦਾਰਾਂ ਵੱਲੋਂ ਪਿਛਲੇ ਸਾਲ ਵੀ ਯਤਨ ਕੀਤਾ ਗਿਆ ਸੀ, ਇਸ ਸਾਲ ਵੀ ਉਹਨਾਂ ਨੇ ਉਸ ਯਤਨ ਨੂੰ ਦੁਹਰਾਉਂਦਿਆਂ ਹੋਇਆਂ ਅੱਜ ਆਪ ਸੰਗਤ ਨੂੰ ਪੌਦਿਆਂ ਦਾ ਪ੍ਰਸ਼ਾਦ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦਾ ਆਪਾਂ ਹੁਣੇ ਹੀ ਬਚਨ ਪੜ੍ਹ ਰਹੇ ਸਾਂ ਨਾ, ਗਾ ਰਹੇ ਸਾਂ, ਨਾਨਕ ਨਾਮ ਮਿਲੇ ਤਾਂ ਜੀਵਾਂ। ਮੇਰੇ ਮਾਲਕ, ਜੇ ਤੇਰਾ ਨਾਮ ਮਿਲ ਜਾਵੇ ਤਾਂ ਫਿਰ ਮੇਰਾ ਜੀਵਨ ਬਰਕਰਾਰ ਹੈ। ਤਨ ਮਨ ਜੀਵੇ ਹਰਿਆ, ਮੇਰਾ ਤਨ ਵੀ ਅਤੇ ਮੇਰਾ ਮਨ ਵੀ ਹਰਿਆ ਹੋ ਜਾਏਗਾ, ਤੰਦਰੁਸਤ ਹੋ ਜਾਏਗਾ। ਪਾਣੀ ਤੋਂ ਬਗੈਰ ਜੀਵਨ ਨਹੀਂ ਹੈ, ਜਿੱਥੇ ਪਾਣੀ ਨਹੀਂ ਉੱਥੇ ਜੀਵਨ ਵੀ ਨਹੀਂ ਹੈ, ਬੰਜਰ ਹੈ। ਪਾਣੀ ਦਾ ਸੰਬੰਧ ਬੱਦਲਾਂ ਨਾਲ ਅਤੇ ਬੱਦਲਾਂ ਦਾ ਸੰਬੰਧ ਦਰੱਖਤਾਂ ਦੇ ਨਾਲ, ਬਨਸਪਤੀ ਦੇ ਨਾਲ। ਦਰੱਖਤ ਨਹੀਂ ਹੋਣਗੇ, ਹਵਾਵਾਂ ਨਹੀਂ ਚੱਲਣਗੀਆਂ, ਬੱਦਲ ਨਹੀਂ ਆਉਣਗੇ, ਪਾਣੀ ਨਹੀਂ ਵਰਸੇਗਾ। ਸਾਰੀ ਦੁਨੀਆਂ ਦੇ ਵਿੱਚ ਇੱਕੋ ਹੀ ਚਿੰਤਾ ਹੈ ਕਿ ਬਦਲ ਰਿਹਾ ਮੌਸਮ, ਇਸ ਦੇ ਪਿੱਛੇ ਦਰੱਖਤਾਂ ਦੀ ਕਟਾਈ ਹੈ, ਇਸ ਕਟਾਈ ਨੂੰ ਕਿਵੇਂ ਰੋਕਿਆ ਜਾਵੇ। ਰੋਕਥਾਮ ਤਾਂ ਹੋ ਨਹੀਂ ਰਹੀ, ਪਰ ਇੱਕ ਗੱਲ ਦਾ ਰੌਲਾ ਜ਼ਰੂਰ ਪੈ ਰਿਹਾ ਹੈ ਕਿ ਪੌਦੇ ਲਗਾਓ। ਇਸ ਗੱਲ ਦਾ ਧਿਆਨ ਰੱਖਣਾ, ਜੇ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਜਿੰਨੀਆਂ ਅੱਜ ਬਿਮਾਰੀਆਂ ਫੈਲ ਰਹੀਆਂ ਹਨ, ਇਸ ਤੋਂ ਕਈ ਗੁਣਾ ਅੱਗੇ ਬਿਮਾਰੀਆਂ ਫੈਲਣਗੀਆਂ। ਕਿਉਂਕਿ ਜਿਵੇਂ ਜਿਵੇਂ ਆਕਸੀਜਨ ਦੀ, ਪਾਣੀ ਦੀ ਕਮੀ ਹੋਏਗੀ, ਤਿਵੇਂ ਤਿਵੇਂ ਸਾਹ ਲੈਣਾ ਮੁਸ਼ਕਲ ਹੋ ਜਾਏਗਾ। ਪ੍ਰਦੂਸ਼ਣ ਵੱਧ ਗਿਆ ਹੈ, ਸਾਹ ਲੈਣੇ ਔਖੇ ਹੋ ਗਏ। ਇਸ ਕਰਕੇ ਬੇਨਤੀ ਹੈ, ਬੇਸ਼ੱਕ ਆਪਣੇ ਘਰਾਂ ਦੇ ਵਿੱਚ ਵੱਡੇ, ਮੈਨੂੰ ਪਤਾ ਹੈ ਸ਼ਹਿਰੀਆਂ ਦੇ ਕੋਲ ਜਗ੍ਹਾ ਨਹੀਂ, ਪਰ ਗਮਲਿਆਂ ਦੇ ਵਿੱਚ ਵੀ ਤੁਸੀਂ ਪੌਦੇ ਲਗਾ ਸਕਦੇ ਹੋ। ਐਸੇ ਅੱਜ ਕੱਲ੍ਹ ਪੌਦੇ ਆ ਰਹੇ ਹਨ ਜਿਹੜੇ ਕਿ ਗਮਲਿਆਂ ਦੇ ਵਿੱਚ ਪ੍ਰਫੁੱਲਿਤ ਹੋ ਜਾਂਦੇ ਹਨ, ਔਰ ਇਹ ਬਹੁਤ ਜ਼ਰੂਰੀ ਹੈ। ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਪੌਦਾ ਲਗਾਵਾਂ, ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਪੌਦਾ ਲਗਾਉਣਾ ਔਰ ਪੌਦੇ ਨੂੰ ਪਾਲਣਾ, ਇਹ ਜ਼ਰੂਰੀ ਹੈ। ਪੌਦੇ ਲਗਾਉਣ ਨੂੰ ਤਾਂ ਬਹੁਤ ਲੋਕਾਂ ਨੇ ਲਗਾਏ ਵੀ ਹੈ ਪਰ ਸੰਭਾਲੇ ਨਹੀਂ। ਸੋ ਇਸ ਕਰਕੇ ਆਪ ਸੰਗਤ ਨੂੰ ਬੇਨਤੀ ਹੈ, ਪੌਦੇ ਲੈ ਕੇ ਜਾਣਾ, ਉਹਨਾਂ ਪੌਦਿਆਂ ਦੀ ਸੰਭਾਲ ਕਰਨੀ, ਪਾਣੀ ਦੇਣਾ, ਤਾਂ ਕਿ ਉਹ ਸਾਡੇ ਵਾਸਤੇ ਪਾਣੀ ਦਾ ਇੰਤਜ਼ਾਮ ਕਰ ਸਕਣ। ਜਿਹੜਾ ਪੌਦਾ ਲਗਾਵਾਂਗੇ ਉਹ ਸਾਨੂੰ ਪਾਣੀ ਦੇਵੇਗਾ, ਸਾਨੂੰ ਜੀਵਨ ਦੇਵੇਗਾ। ਸੋ ਇਸ ਕਰਕੇ ਲੰਮੀ ਪ੍ਰਕਿਰਿਆ ਨੂੰ ਆਪਾਂ ਛੋਟੀ ਜਿਹੀ ਪ੍ਰਕਿਰਿਆ ਕਰਕੇ ਸਾਂਭ ਸਕਦੇ ਹਾਂ। ਗੁਰੂ ਬਾਬਾ ਬਖਸ਼ਿਸ਼ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।